ਹੈਗੀ ਆ ਤੇ ਇਹ ਮਗਰੋਂ ਕਲਜੀ ਮੰਨ ਲਿਆ ਕਿ ਇਹਦੇ ਚੌਲਾਂ 'ਚ ਵੀ ਇਹ ਕੋਈ ਗੱਲ ਨਹੀਂ ਉਹ ਕੱਲ੍ਹ ਸਵੇਰੇ ਕੀਤੀ ਤਾਂ ਸਵੇਰੇ ਚੌਲਾਂ ਨਾ ਕਰਤੀ ਸਰ ਨਹੀਂ ਮੈਂ ਵੀ ਸ਼ਿਕਾਇਤ ਕਰ ਰਹੀ ਹਾਂ ਚੌਲ ਕੋਲ ਫੌਜ ਪਾ ਕੇ ਲਿਆਉਣਾ ਕੀੜੇ ਸਮੇਂ ਲੈਵਲ ਜਿੱਦਾਂ ਕਰੋ ਨਹੀਂ ਪਰ ਉਹ ਹੁਣ ਇਹਨਾਂ ਨੇ ਵੇਸਟ ਕਰ ਦੇਣਾ ਫਿਰ ਕੇ ਫਿਰ ਉਹ ਚੌ ਪਲੇਟ ਫੋਟੋ ਫੋਟੋ ਖਿੱਚਣੀ ਫਿਰ ਰੋਟੀ ਕਰ ਤੁਹਾਡੇ ਵੱਲੋਂ ਜਵਾਬ ਹੀ ਆ ਫਿਰ ਤੇਰਾ ਵੀ ਕੱਢਣਾ ਜਲੂਸ ਗਿਆ ਤੁਹਾਨੂੰ ਕਹਿੰਦਾ ਕੋਈ ਨੀ ਦੇਖ ਲੈਣਾ ਮੈਂ ਤੇਰਾ ਵੀ ਜਲੂਸ ਕੱਢਣਾ ਚੰਗਾ ਯਾਰਾ ਤੁਹਾਨੂੰ ਸਰ ਮੈਂ ਤੁਹਾਡੇ ਵੱਲੋਂ ਜਵਾਬ ਹੀ ਆ ਚੌਲ ਸਾਂਭ ਕੇ ਨਾ ਖਾਂਦੇ ਆ ਮੈਨੂੰ ਛੱਡ ਦੇਣਾ ਇੱਦਾਂ ਹੀ ਤੁਸੀਂ ਕਹੀ ਜਾਂਦੇ ਦੇਖ ਲਾਂਗੇ ਸਵੇਰੇ ਦੇਖ ਲਾਂਗੇ ਚੌਲਾਂ ਨਾਲ ਕੀ ਕਰਾਂ ਮੈਂ ਇਹ ਮਤਲਬ ਖਾਣਾ ਤੁਸੀਂ ਕਹਿੰਦੇ ਕਿਸੇ ਮੈਨੂੰ ਦੱਸਦੇ ਨੀ ਕਹੀ ਹੋਵੇ ਕੁਛ ਵੀ ਆਹੋ ਮੈਂ ਇੱਦਾਂ ਫਿਰ ਕਹੋ ਨਾ ਤੁਸੀਂ ਤੇ ਕਈ ਗੱਲ ਹੀ ਕਲੀਅਰ ਕਰ ਰਹੇ ਕੋਈ ਨੀ ਦੇਖ ਲੈਂਦੇ ਸਵੇਰੇ ਦੇਖ ਲੈਂਦੇ ਸਵੇਰੇ ਮਾਰੇ ਮੇਰੇ ਬੱਚੇ ਖਾਣ ਦੇ ਨੇ ਤੇ ਮੈਂ ਮਤਲਬ ਮਰ ਜਾਣਾ ਖਾ ਕੇ ਉਸ ਆ ਤੇ ਫਿਰ ਤੁਸੀਂ ਮੈਨੂੰ ਸਿੱਧਾ ਕਹੋ ਰੱਖ ਲਾ ਮਿਲੀ ਭੁਗਤ ਸਾਹਮਣੇ ਆਉਂਦੀ ਆ ਵੀ ਵੇਖ ਲੈਂਦੇ ਆ ਵੇਖਣਾ ਕਦੋਂ ਵੀ ਜਾਂ ਤੇ ਸਿੰਪਲ ਲਵੋ ਚੌਲਾਂ ਦਾ ਜਾਂ ਫਿਰ ਮੈਂ ਰੱਖ ਲੈਣਾ ਤੇ ਫਿਰ ਇਹਨਾਂ ਸਵੇਰੇ ਦਿਖਾਉਣਾ ਕੀ ਕਰਦੇ ਨੇ ਔਰ ਉਲਟਾ ਕਹੀ ਜਾਂਦਾ ਉਹੋ ਜਿਹਾ DHO ਉਹੋ ਜਿਹਾ ਤੁਸੀਂ ਹਿਸਾਬ ਲਓ ਵੀ ਇਹ ਸ਼ਹਿਰ ਦਾ ਇੱਕ ਮਸ਼ਹੂਰ ਰੈਸਟੋਰੈਂਟ ਆ ਜਿੱਥੇ ਮੈਂ ਖਾਣਾ ਖਾ ਚੁੱਕਾ ਸੀ ਥੋੜੇ ਜਿਹੇ ਚੌਲ ਬਜੇ ਸੀ ਉਹ ਦੇਖਾ ਆ ਮਤਲਬ ਹੌਸਲਾ ਪਹਿਲਾਂ ਕਿੰਨੇ ਤੇ ਜਦੋਂ ਇਹਨਾਂ ਦੇ ਬੰਦਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ ਸਵਰੇ ਕੀਤੀ ਆ ਕੋਈ ਗੱਲ ਨਹੀਂ ਸਵਰੇ ਕੀਤੀ ਤੇ ਕੋਈ ਗੱਲ ਨਹੀਂ ਮੈਂ ਸਵਰੇ ਤੁਸੀਂ ਚੌਲ ਕਰਕੇ ਮੈਨੂੰ ਖਵਾਤੀ ਆ ਤੇ ਜੇ ਵੀ ਕੋਈ ਅਭੀ ਮੈਂ ਵੀ ਹੋ ਜੇ ਜਿੰਨੀਆਂ ਬਿਮਾਰੀਆਂ ਫੈਲੀਆਂ ਨੇ ਇੱਥੇ ਗੰਦਗੀ ਫੈਲੀ ਆ ਤੇ ਤੁਸੀਂ ਚੌਲਾਂ 'ਚ ਕੀੜੇ ਪਾਵਾ ਖਵਾ ਦੇ ਲੋਕਾਂ ਨੂੰ ਦੱਸੋ ਇਹਦਾ ਕੀ ਅਸਰ ਹੋਏਗਾ ਇਹ ਤੁਹਾਡੇ ਸਾਹਮਣੇ ਹੀ ਆ ਔਰ ਇਹ ਆਪਣੀ ਗਲਤੀ ਮੰਨਣ ਦੀ ਬਜਾਏ ਸਗੋਂ ਮੈਨੂੰ ਕਹੀ ਜਾਂਦੇ ਛੱਡੋ ਜੀ ਛੱਡੋ ਜੀ ਛੱਡੋ ਜੀ ਔਰ ਮੈਂ DHO ਸਾਹਿਬ ਨੂੰ ਜਦੋਂ ਫੋਨ ਕੀਤਾ ਆ ਤੇ DHO ਸਾਹਿਬ ਮੈਨੂੰ ਕਹੀ ਜਾਂਦੇ ਪਏ ਨੇ ਵੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਸਵੇਰੇ ਦੇਖ ਲਾਂਗੇ ਸਵੇਰੇ ਮੈਂ ਕਹਿੰਦਾ ਦੱਸੋ ਇਹਦਾ ਚੌਲਾਂ ਦਾ ਮੈਂ ਕੀ ਕਰਾਂ ਤੇ ਕਹਿੰਦੇ ਕੋਈ ਨਹੀਂ ਦੇਖ ਲਾਂਗੇ ਇਹਦਾ ਮਤਲਬ ਇਹ ਹੋਇਆ ਵੀ ਇਹ ਉਹ ਸਭ ਮਿਲੀ ਬੁਲ ਸਮਝ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਜੇ ਮੈਂ ਕਿਹਾ ਵੀ ਸਿੰਪਲ ਮੈਨੂੰ ਦਿਓ ਰੱਖ ਲੈਣਾ ਸਾਂਭ ਕੇ ਫਿਰ ਆ ਕੇ ਕਹਿੰਦੇ ਜੀ ਕੋਈ ਨਹੀਂ ਦੇਖਾਂਗੇ ਇਹਦਾ ਮਤਲਬ ਇਹਨਾਂ ਵੱਲੋਂ ਪੂਰੀ ਖੁੱਲਾ ਨੇ ਜੋ ਮਰਜ਼ੀ ਕਰਨ ਇਹਨਾਂ ਦਾ ਕਿਚਨ ਚੱਕ ਕੀਤਾ ਜਾ ਵੇਖ ਲੈਣੇ ਜਾ ਕਿਚਨ ਇਹਨਾਂ ਦਾ ਕੀ ਇਹਨਾਂ ਨੇ ਵਿਖਾ ਦਾ ਉਹ ਵੀ ਦੇਖ ਲੈਣਾ ਤੁਹਾਨੂੰ ਵਿਖਾ ਦੇਣਾ ਜਾ ਕਿਚਨ ਵੀ ਇਹਨਾਂ ਨੇ ਕਿਚਨ ਵਿੱਚ ਕੀ ਪਾਇਆ ਹੋਇਆ ਗੰਦ ਪਾਇਆ ਪੂਰਾ ਉਸ ਨਾਲ ਵੇਖ ਲੈਣਾ ਕੀ ਕਰਦੇ ਪਏ ਨੇ ਤੁਸੀਂ ਦੇਖ ਲੈਣੇ ਫਿਰ ਜਿਹੜਾ ਇਹ ਜਿਹੜੇ ਚੌਵਲ ਨੇ ਜਿਹੜੇ ਤੁਹਾਡੇ ਸਾਹਮਣੇ ਨੇ ਵੀ ਜਿਹਦੇ ਵਿੱਚ ਕੀੜਾ ਪਿਆਰਾ ਉਹਦੇ ਨਾ ਤੇ ਮੈਨੂੰ DHO ਸਾਹਿਬ ਕਹਿ ਰਹੇ ਸਾਂਭ ਕੇ ਰੱਖ ਲੈਂਦੇ ਨਾ ਇਹ ਕਹਿ ਰਹੇ ਨੇ ਉਲਟਾ ਕਹਿੰਦੇ ਛੱਡ ਦਿਓ ਜੀ ਛੱਡ ਦਿਓ ਕੋਈ ਗੱਲ ਨਹੀਂ ਜਾਣ ਦਿਓ ਔਰ ਉਲਟਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਯਾਰ ਇਹ ਸ਼ਹਿਰ ਦਾ ਇੱਕ ਚੰਗਾ ਭਰਾ ਰੈਸਟੋਰੈਂਟ ਆ ਜਿਹਦੇ ਵਿੱਚ ਜਿਹੜੇ ਚੌਲਾਂ ਵਿੱਚ ਜਿਹੜਾ ਕੀੜਾ ਆਇਆ ਔਰ ਮੈਨੂੰ ਕਹੀ ਜਾਂਦੇ ਵੀ ਚਲੋ ਛੱਡੋ ਜੀ ਕੋਈ ਗੱਲ ਨਹੀਂ ਛੱਡੋ ਜੀ ਮਤਲਬ ਇਹ ਸਿਹਤ ਨਾਲ ਖਵਾਲ ਲੋਕਾਂ ਦੀ ਨਾ ਕਰ ਰਹੇ ਨੇ ਕਿਉਂਕਿ ਜਿਹੜੇ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਨੇ ਜਦੋਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵੀ ਗਾਲੀਆਂ ਟਾਲਣ ਦੀ ਕੋਸ਼ਿਸ਼ ਕਰਦੇ ਨੇ ਇਹ ਤੁਹਾਡੇ ਸਾਹਮਣੇ ਆ ਮੈਂ ਖੁਦ ਇੱਕ ਜ਼ਿੰਮੇਵਾਰ ਆਦਮੀ ਆ ਕਿ ਨਿਊਜ਼ ਚੈਨਲ ਦਾ ਪੱਤਰਕਾਰ ਆ ਮੇਰੇ ਨਾਲ ਇਦਾਂ ਕਰ ਰਹੇ ਨੇ ਤੇ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਉਹ ਸਾਹਿਬ ਤੁਸੀਂ ਜਾ ਕੇ ਮੈਂ ਇਹਦੀ ਸ਼ਿਕਾਇਤ ਕਰਾਂਗੀ ਜਿਹੜਾ ਸੰਬੰਧਿਤ ਡਿਪਾਰਟਮੈਂਟ ਆ DHO ਉਹਨਾਂ ਨੂੰ ਜਾ ਕੇ ਸ਼ਿਕਾਇਤ ਬਿਲਕੁਲ ਬਿਲਕੁਲ ਜੀ ਮੈਂ DHO ਸਾਹਿਬ ਜਿਹੜੇ ਕਮਿਸ਼ਨਰ ਨੇ ਕਪੰਨੂ ਸਾਹਿਬ ਨੂੰ ਫੋਨ ਕੀਤਾ ਉਹ ਮੈਨੂੰ ਕਹਿੰਦੇ ਕੋਈ ਨੀ ਦੇਖ ਲੈਣੇ ਆ ਜੀ ਕੋਈ ਦੇਖ ਲੈਣੇ ਆ ਜੀ ਦੇਖ ਲੈਣੇ ਆ ਦੇਖਾਂ ਕਦੋਂ ਆ ਮਤਲਬ ਇਹਨੂੰ ਜਾ ਕੇ ਮੈਨੂੰ ਕਹਿੰਦੇ ਸਾਂਭ ਕੇ ਰੱਖ ਲੈ ਜਾਂ ਸੈਂਪਲ ਉਹ ਨੀ ਕਹਿੰਦੇ ਦੇਖ ਲਾਂਗੇ ਸਵੇਰੇ ਜੀ ਜਾ ਕੇ ਦੇਖ ਲਾਂਗੇ ਸਵੇਰੇ ਇਹ ਮਤਲਬ ਤੁਸੀਂ ਦੇਖ ਸਕਦੇ ਵੀ ਇਹਦੀ ਮਿਲੀ ਭੁੱਤ ਕਿੱਦਾਂ ਸਾਹਮਣੇ ਆ ਰਹੀ ਆ ਠੀਕ ਹੈ ਜੀ ਥੈਂਕ ਯੂ ਜੀ ਖਾਣਾ ਖਰਾਬ ਨਿਕਲਿਆ ਪੈਸੇ ਕੋਲ ਲੈਣਾ ਤੁਹਾਨੂੰ ਬਿੱਲ ਦੱਸ ਕਿੰਨਾ ਦੇਣਾ ਫੜ ਪੈਸੇ ਗੱਲ ਕਰਨਾ ਆਹ ਪਲੇਟ ਦੇ ਪੈਸੇ ਦੱਸ ਕਿੰਨਾ ਦੇਣੇ
ਜਲੂਸ ਕੱਢਾਂਗਾ ਜਿੰਨੀ ਤਰ੍ਹਾਂ ਮੈਂ ਸ਼ਿਕਾਇਤ ਕਰਕੇ ਮੇਰੇ ਬੱਚਾ ਕੱਲਾ ਕੱਲਾ ਬੇਟਾ ਯਾਰ ਤੇ ਮੇਰੀ ਕਹਿੰਦੀ ਇਹ ਗੱਲ ਉਹ ਸਾਡੇ ਬੱਚਿਆਂ ਵਾਸਤੇ ਵੀ ਉਦਾਂ ਹੀ ਲੱਗਣਾ ਆ ਬੱਚਾ ਵੀ ਇਦਾਂ ਲੱਗਾ ਉਹ ਕਹਿੰਦੇ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਜੀ ਮੈਂ ਪਰਵਾਹ ਪੂਰੀ ਗੱਲ ਕਰ ਜਿੱਦਾਂ ਕਹਿੰਦੇ ਉਹ ਨਹੀਂ ਇਹਨਾਂ ਦੀ ਕੋਈ ਪਰਵਾਹ ਇਹਨਾਂ ਦੀ ਪਰਵਾਹ ਨਹੀਂ ਕੀਤੀ ਜੀ ਕਈ ਗੱਲ ਦੀ ਮੇਰਾ ਬੱਚਾ ਖਾਣ ਡਿਆ ਵਾਸਤੇ ਗੱਲ ਹੀ ਕੋਈ ਨਹੀਂ ਹੈਗੀ ਇਹਨਾਂ ਵਾਸਤੇ ਕੁਛ ਮੁੱਲੀ ਗੱਲਾਂ ਇਹਨਾਂ ਵਾਸਤੇ